ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਜਿਵੇਂ ਜਿਵੇਂ ਦਿਨ ਕਰੀਬ ਆ ਰਹੇ ਨੇ ਜਿਸ ਤਰ੍ਹਾਂ ਅਕਤੂਬਰ ਗੁਜ਼ਰ ਰਿਹਾ ਹੈ ਇਸੇ ਤਰ੍ਹਾਂ ਹਾਲਾਤ ਜਿਹੜੇ ਨੇ ਉਹ ਵੀ ਪਾਕਿਸਤਾਨ ਦੇ ਬਿਲਕੁਲ ਇੱਕ ਡਗਰ ਦੇ ਉੱਤੇ ਜਾਣਾ ਸ਼ੁਰੂ ਹੋ ਚੁੱਕੇ ਨੇ ਡਾਲਰ ਜਿਹੜਾ ਉਹ ਇਸਾਕਦਾਰ ਸਾਹਿਬ ਨੇ ਉਹਦੇ ਉੱਤੇ ਪੈਰ ਰੱਖ ਦਿੱਤਾ اور ڈالر ਜਿਹੜਾ ਹੈ ਦਿਨ-ਬਦਨ ਥੱਲੇ ਜਾ ਰਿਹਾ ਔਰ ਜ਼ੈਰੀ ਗੱਲ ਇਹਦੇ ਨਾਲ ਮਹਿੰਗਾਈ ਜਿਹੜੀ ਹੈ ਉਹ ਵੀ ਥੱਲੇ ਜਾਏਗੀ ਔਰ ਕੀਮਤਾਂ ਬਿਜਲੀ ਦੀ ਆਮੀ ਇਸਾਕਦਾਰ ਸਾਹਿਬ ਨੇ ਕਾਫੀ ਹੱਦ ਤੱਕ ਥੱਲੇ ਕਰ ਦਿੱਤੀਆਂ ਔਰ ਬੜਾ ਫਰਕ ਮਹਿਸੂਸ ਹੋਵੇਗਾ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਆਵਾਮੇ ਪਾਕਿਸਤਾਨ ਨੂੰ ਪੈਟਰੋਲ ਦੀ ਕੀਮਤ ਜਿਹੜੀ ਹੈ ਇਹ ਮਜ਼ੀਦ ਘਟੇਗੀ ਅਗਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਦੀ ਕੀਮਤ ਘਟੀ ਤੇ ਮਜ਼ੀਦ ਘਟੇਗੀ ਮਜ਼ੀਦ ਰਲੀਫ ਜਿਹੜਾ ਇਹ ਆਵਾਮੇ ਪਾਕਿਸਤਾਨ ਨੂੰ ਮਿਲੇਗਾ ਕਿਉਂਕਿ ਇਸ ਆਕਟਾਰ ਆ ਗਿਆ ਔਰ ਉਹਨੇ ਵਾਦਾ ਕੀਤਾ ਕਮੈਂ ਡਾਲਰ ਜਿਹੜਾ 170 80 ਤੇ ਲੈ ਕੇ ਆਣਾ ਔਰ ਇਹਦੇ ਨਾਲ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਘਰ ਬੈਠੇ ਬੈਠੇ ਵੀ ਬਚਤ ਹੋਏਗੀ ਔਰ ਆਵਾਮ ਨੂੰ ਵੀ ਬਚਤ ਹੋਏਗੀ ਮਠਾਜੀ ਇਹ ਤੇ ਹੋ ਗਿਆ ਮਾਸ਼ੀ ਸੁਰਤਿਆਲ ਕਿ ਸਾਈਂ ਆ ਗਏ ਨੇ ਜਿਨ੍ਹਾਂ ਨੇ ਮੁਲਕ ਸੰਵਾਰਨਾ ਹੈ ਉਹ ਆ ਗਏ ਨੇ ਠੀਕ ਹੈ ਨਾ ਇਹ ਹੁਣ ਜਿਹੜੀ 4 ਸਾਲ ਦੀ ਬਰਬਾਦੀ ਸੀ ਇਹ 25 ਸਾਲ ਮੁਲਕ ਪਿੱਛੇ ਗਿਆ ਇਸ ਆਕਟਾਰ ਹੀ ਜਿਹੜਾ ਇਹਨੂੰ ਕੱਢ ਸਕਦਾ ਹੋਰ ਕੁਝ ਜੰਮਿਆ ਹੀ ਨਹੀਂ ਕਿ ਇਸ ਮੁਲਕ ਨੂੰ ਇਸ ਦਲਦਲ ਦੇ ਵਿੱਚੋਂ ਕੋਈ ਕੱਢ ਸਕੇ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਸਿਵਾਏ ਸਾਖ ਧਾਰ ਤੋਂ ਅੱਲਾਹ ਪਾਕ ਨੇ ਉਹਨੂੰ ਐਸਾ ਕੁਝ ਜਾਦੂ ਦੀ ਛੜੀ ਦਿੱਤੀ ਔਰ ਮੀਆਂ ਨਵਾਸ਼ ਸ਼ਰੀਫ ਨੂੰ ਐਸੀ ਕੁਝ ਜਾਦੂ ਦੀ ਛੜੀ ਦਿੱਤੀ ਹੈ ਮਲਕ ਜਿਹੜਾ ਉਹ ਖੂਹ ਦੇ ਵਿੱਚ ਟੁਬਾ ਹੁੰਦਾ ਤੇ ਇਹ ਦੋਵੇਂ ਆਂਦੇ ਨੇ ਤੇ ਮੁਲਕ ਨੂੰ ਕੱਢ ਕੇ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੰਦੇ ਨੇ ਇਸ ਤੋਂ ਵੱਡੀ ਕੋਈ ਕਿਸਮਤ ਹੋ ਸਕਦੀ ਹੈ ਕਿਸੇ ਦੀ ਠੀਕ ਹੈ ਨਾ ਜੀ ਤੇ ਮੈਂ ਸਮਝਦਾ ਕਿ ਹੁਣ ادارے ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹੋ ਹੀ ਲੋਕ ਨੇ ਜਿਨ੍ਹਾਂ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਾ ਹੈ ਇਹੋ ਹੀ ਪੀਡੀਐਮ ਨੇ ਇਹ ਇਨੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਅੱਜ ਦੀਆਂ ਨੈਪੀਆਂ ਚੇਂਜ ਕਰਦੇ ਰਹੇ ਆ ਇਸ ਤੇ ਸਾਡਾ ਕੱਖ ਨਹੀਂ ਛੜਿਆ ਪਖਤੂਨ ਹਾ ਜਿਹੜਾ ਬੈਂਕਰਪਟ ਕਰ ਦਿੱਤਾ 10 ਸਾਲ ਉੱਥੇ ਹਕੂਮਤ ਇਸੇ ਤਰ੍ਹਾਂ ਅੱਜ ਪਖਤੂਨ ਹਾ ਹੋ ਗਿਆ ਅਗਰ ਇਹਦੀ ਹਕੂਮਤ ਹੁੰਦੀ ਤੇ ਅੱਜ ਪਾਕਿਸਤਾਨ ਵੀ ਦਿਵਾਲੀਆ ਹਰ ਤਰਫ ਖਾਨਾ ਚੰਗੀ ਹੁੰਦੀ ਔਰ ਸਭ ਕੁਝ ਬਰਬਾਦ ਹੋ ਚੁੱਕਿਆ ਹੁੰਦਾ ਔਰ ਯੂਥ ਯਾ ਲੁੱਟ ਰਿਆ ਹੁੰਦਾ ਬੈਂਕ ਦੁਕਾਨਾਂ ਕਾਰ ਗੱਡੀਆਂ ਟ੍ਰੇਨਾਂ ਯੂਥ ਯਾ ਲੁੱਟ ਰਿਆ ਹੁੰਦਾ ਅਗਰ ਇਹਦੀ ਹਕੂਮਤ ਆਜ ਹੁੰਦੀ ਕਿਉਂ لیکن اللہ پاک نے بچا لیا سان اللہ نے ਸਾਨੂੰ ਇਸ ਇਸ ਇਹਦੇ ਕੋਲੋਂ بچا ਲਿਆ ਔਰ ਉਹ ਲਮਹਾ শ্রীলੰਕਾ ਵਾਲਾ ਉਹਦੇ ਤੋਂ ਸਾਨੂੰ بچا ਲੇ ਖਬਰ ਤੇ ਆ ਜਉਣ ਖਬਰ ਤੇ ਨਿਆਜ਼ੀ ਦੇ ਖਿਲਾਫ سنگین ਗਦਾਰੀ ਦੇ ਮੁਕਦਮੇ ਜਿਹੜੇ ਨੇ ਉਹ ਦਰਜ ਹੋਣ ਲੱਗੇ ਜੀ ਮਿੱਠਾ ਜੀ ਬੜੀ ਵੱਡੀ ਖਬਰ ਦੇ ਰਿਹਾ ਬੜੀ ਅੰਦਰ ਦੀ ਖਬਰ ਦੇ ਰਿਹਾ ਔਰ ਇਹ ਖਬਰ ਜਿਹੜੀ ਇਹ ਸਮਝੋ ਕਿ ریاست ਨੇ ਇਕ ਮੁਸ਼ਤ ਹੋ ਕੇ ਇਹ ਫੈਸਲਾ ਕੀਤਾ ਨਿਆਜ਼ੀ ਦੇ ਖਿਲਾਫ سنگੀਨ ਗੱਦਾਰੀ ਦਾ ਮਕਦਮਾ ਔਰ ਜ਼ੈਰੀ ਗਾਲੇ ਇਹਦੇ ਨਾਲ ਜਿਹੜੇ ਦੋਸਤ ਨੇ ਦੋ ਚਾਰ ਉਹ ਵੀ ਵਿੱਚ ਹੀ ਆਣਗੇ ਨਾ ਮਿੱਠਾ ਜੀ ਜਿਹੜੀ ਸਜ਼ਾ ਮੁਸ਼ਰਫ ਨੂੰ ਹੋਈ ਸੀ ਕਿ ਮੁਸ਼ਰਫ ਨੂੰ ਪਤਾ ਨਹੀਂ 50 ਦਫਾ ਡੀ ਚੌਕ ਵਿੱਚ ਲਿਆ ਕੇ ਉੱਥੇ ਖੰਭਾ ਜਿਹਾ ਖਿਲਾੜ ਕੇ ਤੇ ਉਹਦੇ ਉੱਤੇ ਜਿਵੇਂ ਚਿੜੇ ਨਹੀਂ ਬਿਠਾਈਦੇ ਉਸ ਤਰ੍ਹਾਂ ਬਿਠਾ ਕੇ ਤੇ ਇੰਜ ਜਨਾਬ ਕਲਪਾ ਜਿਹੜਾ ਉਹ ਸੁੱਟਿਆ ਜਾਏ ਤੇ ਅਗਿਆ ਇਹੋ ਹੀ ਸਜ਼ਾ ਇਹਨੂੰ ਮਿਲੇਗੀ ਏ ਅਸੀਂ ਐਡਵਾਂਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿਉਂਕਿ ਇਹਨੇ ਵੀ ਪਤਾ ਨਹੀਂ ਕਿੰਨੀ ਦਫ਼ਾ ਆਇਨੇ ਪਾਕਿਸਤਾਨ ਤੋੜਿਆ ਔਰ ਕਿੰਨੀ ਦਫ਼ਾ ਵਤਨ ਨਾਲ ਗਦਾਰੀ ਕੀਤੀ ਹੈ ਇਹ ਤੁਸੀਂ ਇਹ ਸਾਰੀਆਂ ਆਡੀਓ ਆ ਰਹੀਆਂ ਨੇ ਸਾਰਾ ਕੁਝ ਆ ਰਿਹਾ ਹੈ ਹਜੇ بڑا ਕੁਝ ਹੋਣਾ ਬਣੀ ਗਾਲਾ ਦੇ ਵਿੱਚ ਆਲਰੇਡੀ 마તમ ਤੋੜ پھੋੜ ਔਰ ਇਜ਼ਦਲਤ ਜਿਹੜੀ ਹੈ ਇਹ ਸ਼ੁਰੂ ਹੋ ਚੁੱਕੀ ਹੈ ਕਿ ਇਹ ਕੀ ਹੋਇਆ ਅਸਹਰੀ ਗੱਲ ਹੈ ਇਨਫਾਰਮੇਸ਼ਨ ਜਿਹੜੀ ਹਰ ਜਗ੍ਹਾ ਪਹੁੰਚ ਜਾਂਦੀ ਹੈ ਬਈ ਐ ਹੋਣ ਲੱਗਾ ਹੈ ਐ ਉਹ ਰਿਆਸਤ ਨੇ ਫੈਸਲਾ ਕਰ ਲਿਆ ਹੈ ਕਿ ਅਸੀਂ ਇਹ ਫਿਤਨਾ ਖਤਮ ਕਰਨਾ ਹੈ ਰਿਆਸਤ ਨੂੰ ਕੌਣ ਰੋਕ ਸਕਦਾ ਹੈ ਅਗਰ ਰਿਆਸਤ ਮਾਂ ਰਿਆਸਤ ਤੇ ਮਾਂ ਦਾ ਨਾ ਹੈ ਨਾ ਅਗਰ ਇਸ ਰਿਆਸਤ ਨੂੰ ਹੋਣ ਸਾਡੀਆਂ ਖਬਰਾਂ ਸੁਣ ਸੁਣ ਕੇ ਸਾਡੇ ਇਹ ਜਿੰਨੇ ਸਕੈਂਡਲ ਸੀਦੇ ਫੋੜੇ ਨੇ ਸੁਣ ਸੁਣ ਕੇ ਕੋ ਅਸਰ ਹੋਇਆ ਤੇ ਕਿਉਂ ਨਹੀਂ ਬਈ ਠੀਕ ਹੈ ਨਾ ਜੀ ਇਹ ਸਰਕਾਰ ਇਹਦੇ ਤੇ ਤਿੰਨ ਤੋਂ ਚਾਰ ਮੁਕਦਮੇ ਜਿਹੜੇ ਨੇ ਹੁੰਦਰ ਜੋਣੇ ਨੇ ਸਭ ਤੋਂ ਪਹਿਲੇ ਜਿਹੜਾ ਸਟੈਪ ਹੋਣਾ ਕਿ ਪਾਰਲੀਮੈਂਟ ਦੇ ਵਿੱਚ ਇਕਰਾਰਨਾਮਾ ਦੇਗਾ ਇਹਦੇ ਖਿਲਾਫ ਐ سنگੀਨ ਗਦਾਰੀ ਦੇ ਮੁਕਦਮੇ ਬਣਦੇ ਨੇ ਇਹਨੇ ਐ ਗਦਾਰੀ ਕੀਤੀ ਹੈ ਮੁਲਕ ਮੁਲਕ ਦੇ ਪਾਕਿਸਤਾਨ ਦੇ ਨਾਲ ਰਸਤੇ ਪਾਕਿਸਤਾਨ ਦੇ ਨਾਲ ਇਕਰਾਰਨਾਮਾ ਹੋਏਗੀ ਮਨਜ਼ੂਰ ਕਰਦਾਰਾ ਕਰਦਾਰ ਮਨਜ਼ੂਰ ਹੋਣ ਤੋਂ ਬਾਅਦ ਫਿਰ ਕਬੀਨਾ ਬੈਠੇਗੀ ਕਬੀਨਾ ਫਿਰ ਉੱਥੇ ਮਨਜ਼ੂਰੀ ਦੇਗੀ ਆਲਰੇਡੀ ਦੋ ਕਿਸਮਾਂ ਵਾਸਤੇ ਕਬੀਨਾ ਮਨਜ਼ੂਰੀ ਦੇ ਚੁੱਕੀ ਹੈ ORFIA ਤੁਹਾਨੂੰ ਪਤਾ ਸੈਫੁੱਲਾ ਨਿਆਜ਼ੀ ਫੜਿਆ ਗਿਆ ਯਾਨੀ ਕਿ ਨਿਆਜ਼ੀ ਦਾ ਫਰੰਟਮੈਨ ਫੜਿਆ ਗਿਆ ਉਹ ਦੋ ਮੁਕਦਮੇ ਉਹ علیحدਾਂ ਨੇ ਇਹ ਜਿਹੜੇ ਮੁਕੱਦਮੇ ਬਣਨੇ ਨੇ ਦੋ ਤਿੰਨ ਇੱਕ ਗੱਦਾਰੀ ਦੇ ਮੁਕੱਦਮੇ ਬਣਨੇ ਨੇ ਆئین ਤੋੜਨ ਦੇ ਮੁਕੱਦਮੇ ਬਣਨੇ ਨੇ ਕੌਮੀ ਰਾਜ਼ ਫਾਸ਼ ਕਰਨ ਦੇ ਮੁਕੱਦਮੇ ਬਣਨੇ ਨੇ ਇਹ ਉਹ ਕਰਪਸ਼ਨ ਦੇ ਤੇ ਸਾਈਡ ਤੇ ਚਲਦੀ ਰਣੀ ਹੈ ਨਾ ਤੋਸ਼ਾਖਾਨਾ ਵੀ ਤੇ ਫਾਰਨ ਫੰਡਿੰਗ ਵੀ ਤੇ ਬੈਂਕ ਅਕਾਊਂਟ ਵੀ ਤੇ ਫਲਾਣਾ ਵੀ ਤੇ ਇਲੈਕਸ਼ਨ ਕਮਿਸ਼ਨ ਵੀ ਉਹ ਸਾਈਡ ਤੇ ਚੱਲਨੇ ਨੇ ਨਾ ਅਹਲੀ ਵੀ ਤੇ ਫਲਾਣਾ ਵੀ ਉਹ ਸਾਈਡ ਤੇ ਇਹ سنگੀਨ ਗੱਦਾਰੀ ਦੇ ਮੁਕੱਦਮੇ ਚੱਲਨੇ ਨੇ ਮਿੱਠਾ ਜੀ ਮੈਂ ਐਡਵਾਂਸ ਦੇ ਵਿੱਚ ਦੱਸ ਦਿਆਂ ਹਫਤਾ ਖੰਡ ਲੇਟ ਹੋ ਸਕਦੀ ਹੈ ਲੇਕਿਨ ਇਹ ਚੱਲਨੇ ਨੇ ਮਿੱਠਾ ਜੀ ਇਹ ਮੁਲਕ ਔਰ ਪਾਕਿਸਤਾਨ ਔਰ ਨਿਆਜ਼ੀ ਇਕੱਠੇ ਨਹੀਂ ਚੱਲ ਸਕਦੇ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਇਕੱਠਾ ਨਹੀਂ ਹੋ ਚੱਲ ਸਕਦਾ ਇਹ ਦੋ ਮਤਜ਼ਾਦ ਚੀਜ਼ਾਂ ਹੋ ਚੁੱਕੀਆਂ ਪਾਕਿਸਤਾਨ ਔਰ ਇਮਰਾਨ ਨਿਆਜ਼ੀ ਔਰ ਯੂਥੀਆ ਇਹ ਮਤਜ਼ਾਦ ਚੀਜ਼ਾਂ ਨੇ ਇਹ ਇਕੱਠੀਆਂ ਨਹੀਂ ਚੱਲ ਸਕਦੀਆਂ ਹੁਣ ਸਾਰਾ ਕੁਝ ਫੜਿਆ ਗਿਆ ਇਹ ਮੁਕਦਮੇ ਜਿਹੜੇ ਨੇ ਇਹ ਦਰਜ ਹੋਣੇ ਨੇ ਉਸ ਤੋਂ ਬਾਅਦ ਫਿਰ ਖਸੂਸੀ ਅਦਾਲਤ ਬਣੇਗੀ ਖਸੂਸੀ ਅਦਾਲਤ ਫਿਰ ਇਹਦਾ ਮੁਕਦਮਾ ਸੁਣੇਗੀ ਔਰ ਉੱਥੇ ਹੀ ਉਹੀ ਚਿੜੇ ਵਾਲਾ ਸਾਫ ਤੇ ਡੀ ਚੌਕ ਚ ਲਿਆ ਕੇ ਖੰਬਾ ਤੇ ਖੰਬੇ ਤੋਂ ਬਾਅਦ ਉੱਤੇ ਚਿੜੇ ਜਿਵੇਂ ਬਿਠਾ ਕੇ ਤੇ ਚਲੋ ਜੀ 60 ਕੇ ਗੇਮ ਉਹ ਗਿਆ ਇਸ ਤੋਂ ਥੱਲੇ ਸਾਨੀ ਕ ਬੋਲ ਮੈਂ ਭਾਈ ਜੀ ਮੁਲਕ ਦਾ ਨੁਕਸਾਨ ਹੋਇਆ ਕੌਮ ਦਾ ਨੁਕਸਾਨ ਹੋਇਆ ਕੌਮ ਨੂੰ ਤਕਸੀਮ ਕੀਤਾ ਗਿਆ ਕੌਮ ਨੂੰ ਝੂਠ ਸੁਣਾਇਆ ਗਿਆ ਕੌਮ ਦੇ ਵਿੱਚ ਜ਼ਹਿਰ ਭਰਿਆ ਗਿਆ ਇਹਦਾ ਬਦਲਾ ਕਿਸ ਲੈਣਾ ਮਿੱਠਾ ਜੀ ਇਹੀ ਟਾਈਮ ਹੈ ਇਸ ਤੋਂ ਪਹਿਲੇ ਕਿ ਅਗਲੇ ਇਲੈਕਸ਼ਨ ਅਗਲੇ ਸਾਲ ਅਕਤੂਬਰ ਦੇ ਜਾਈਏ ਇਹ ਫਿਤਨਾ ਖਤਮ ਹੋਣਾ ਚਾਹੀਦਾ ਭਾਈ ਜੀ ਸਫਾਈ ਹੋਣੀ ਚਾਹੀਦੀ ਹੈ ਤੇ ਫਿਰ ਅਗਲਾ ਇਲੈਕਸ਼ਨ ਹੋਣਾ ਚਾਹੀਦਾ ਵਰਨਾ ਇਹ ਅਸੈਂਬਲੀਆਂ ਅਗਲਾ 2 ਸਾਲ ਵੀ ਚਲਾਈ ਜੋ ਆئین ਦੇ ਵਿੱਚ ਜੋ ਆਜ਼ਾਦ ਤੇ ਚਲਾਈ ਜੋ 2 ਸਾਲ ਜ਼ਿਆਦਾ ਠੀਕ ਹੈ ਨਾ ਜੀ ਇਹ ਸਭ ਬਣੀ ਗੱਲਾਂ ਦੇ ਵਿੱਚ ਜਦੋਂ ਇਹ ਪਤਾ ਲੱਗਾ ਬਗਦਾਰੀ سنگੀਨ ਦੇ ਮਕਦਮੇ ਜਿਹੜੇ ਨੇ سنگੀਨ ਗਦਾਰੀ ਦੇ ਸ਼ੁਰੂ ਹੋਣ ਲੱਗੇ ਨੇ ਤੇ ਉੱਥੇ ਮਾਤਮ ਤੋੜ-ਫੋੜ ਨਸ਼ਾ ਕਰਕੇ ਕਦੀ ਮੁੰਡਿਆਂ ਦੇ ਸਿਸਟਮ ਹੈ ਕਦੀ ਇੱਧਰ ਕਦੀ ਜਾਨਵਰਾਂ ਨਾਲ ਕਦੀ ਸ਼ੇਰੂਵਰ ਨਾਲ ਕਦੀ ਪਠਾਨ ਜਿਹੜੇ ਉੱਥੇ ਅਫਗਾਨਿਸਤਾਨ ਤੋਂ ਆਏ ਨੇ ਜਿਹਨਾਂ ਟੈਂਟ ਲਾਏ ਨੇ ਉਹਨਾਂ ਤੇ ਕੋਈ ਹਾਲ ਨਹੀਂ ਉੱਥੇ ਛੜਦਾ ਕੋਈ ਕੱਖ ਨਹੀਂ ਸੁਛੜਿਆ ਯਕੀਨ ਕਰੋਗੇ ਤੋੜ-ਪੋੜ ਸ਼ੁਰੂ ਹੈ ਮੁਰਾਦ ਸੈਦ ਦਾ ਕੋਈ ਹਾਲ ਨਹੀਂ ਉੱਥੇ ਜਿਹੜੇ ਹੋਰ ਮੁੰਡੇ ਜਮੀਲ ਫਰੂਕੀ ਆਲੇ ਰੱਖੇ ਆ ਤਿੰਨ ਚਾਰ ਹੋਰ ਅਫਗਾਨੀ ਰੱਖੇ ਆ ਸੋਨੇ-ਸੋਨੇ ਇਸ ਕੰਮ ਵਾਸਤੇ ਉਹਨਾਂ ਦਾ ਵੀ ਕੱਖ ਨਹੀਂ ਸੁਛੜਿਆ ਕਿਸੇ ਨੂੰ ਬਲੇਡ ਮਾਰ ਦਿਆ ਪਿਆ ਕਿਸੇ ਨੂੰ ਨੇਲ ਕਟਰ ਨਾਲ ਪੈ ਕੱਟਦਾ ਕਿਸੇ ਨਾਲ ਕੁਛ ਪਿਆ ਕਰਦਾ ਅਖੀਰ ਕਰ ਕਿਉਂਕਿ ਉਹਨਾਂ ਪਤਾ ਲੱਗਾ ਮੈਂ ਫਸ ਗਿਆ ਮੈਂ ਇੱਥੋਂ ਨਿਕਲ ਨਹੀਂ ਸਕਦਾ ਕੋਈ ਮੁਲਕ ਵੀ ਮੈਨੂੰ ਲੈਣ ਨੂੰ ਤਿਆਰ ਨਹੀਂ ਬੜੇ ਤਰਲੇ ਕੀਤੇ ਨੇ ਸਵਾਈ ਇਸਰਾਇਲ ਤੋਂ ਲੈਣ ਨੂੰ ਕੋਈ ਤਿਆਰ ਨਹੀਂ ਤੇ ਇਸਰਾਇਲ ਜਾ ਨਹੀਂ ਸਕਦਾ ਪਾਸਪੋਰਟ ਤੇ ਲਿਖਿਆ ਆ ਬੈ ਉੱਥੇ ਨਹੀਂ ਜਾ ਸਕਦਾ ਤੂੰ ਇਹ ਅਜੀਬ ਹੁਣ ਫਸ ਗਿਆ ਜ਼ੈਰੀ ਗੱਲੋਂ ਇਸਰਾਇਲ ਅਦਰਸ ਜਾਣੇ ਤੇ ਪਹਿਲਾਂ ਦੁਬਈ ਜਾਏਗਾ ਤੇ ਉੱਥੋਂ ਦਾ ਕੁਝ ਹਸ ਜੁਦਾ ਕੇ ਨੂੰ ਲੈ ਕੇ ਜਾਏਗਾ ਨਾ ਸਿੱਧਾ ਇੱਥੋਂ ਆ ਕੇ ਨਹੀਂ ਲੈ ਕੇ ਜਾ ਸਕਦਾ ਨਾ ਬਰਤਾਨੀਆ ਜਾ ਸਕਦਾ ਨਾ ਅਮਰੀਕਾ ਜਾ ਸਕਦਾ ਨਾ ਕਿਸੇ ਯੂਰਪੀ ਮੁਲਕ ਜਾ ਸਕਦਾ ਇੱਕੋ ਜਗ੍ਹਾ ਤੇ ਜਾ ਸਕਦਾ ਇਸਰਾਇਲ ਉਹ ਵੀ ਦੁਬਈ ਉਵਦਨ ਇਸ ਸਾਡਾ ਇਹ ਇਹ ਫਾਰਮੂਲਾ ਸਾਨੂੰ ਵਾਪਸ ਕਰ ਦੇ ਸਾਡਾ ਇਹ ਬੱਚਾ ਸੀ ਮਿਹਰਬਾਨੀ ਤੁਹਾਡੀ ਜਿਨਾਂ ਨੂੰ 35 ਸਾਲ ਪਾਲਿਆ ਬੜਾ ਨੁਕਸਾਨ ਅਸੀਂ ਕਰਵਾ ਲਿਆ ਮੁਲਕ ਦਾ ਜੇਲ੍ਹ 'ਚ ਨਹੀਂ ਦੇਣਾ ਚਾਹੁੰਦੇ ਰਿਆਸਤ ਨੇ ਹੁਣੇ ਫੈਸਲਾ ਕੀਤਾ ਮਿੱਠਾ ਜੀ ਰਿਆਸਤ ਨੇ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਫਿਤਨਾ ਖਤਮ ਕਰਨਾ ਹੈ ਇਹਦਾ ਫਰੰਟਮੈਨ ਫੜਿਆ ਗਿਆ ਸੈਫੁਲੋ ਨਿਆਜ਼ੀ ਉਸ ਤੋਂ ਬਾਅਦ ਇਕ ਹਮਦ ਜ਼ਮਾਨ ਫੜਿਆ ਗਿਆ ਲਾਹੌਰ ਤੋਂ ਇਹ ਉਹ ਦੋ ਸੀ ਜਿਹੜੇ ਇਹਦੇ ਬਾਜ਼ੂ ਸੀ ਜਿਹੜੇ ਦਾ ਸਾਰਾ ਕਰਪਸ਼ਨ ਦਾ ਪੈਸਾ ਜਿਹੜਾ ਉਹ ਸਾਹਮਦੇ ਸੀ ਤਕਰੀਬਨ ਇਹ 2 400 ਅਰਬ ਰੁਪਈਆ ਹੈ ਜਿਹੜਾ ਇਹਨਾਂ ਇਹਨਾਂ ਬੰਨੇ ਲਾਇਆ ਜੈਲੀ ਇਹ ਕਾਊਂਟਾਂ ਦੇ ਵਿੱਚ ਪਵਾ ਪਵਾ ਪਾ ਕੇ ਇਹ ਹਮਦ ਜ਼ਮਾਨ ਔਰ ਇਸੈਫੁਲਲਾ ਨਿਆਜ਼ੀ ਇਹ ਦੋ ਤੋਤੇ ਨੇ ਜਿਹਦੇ ਵਿੱਚ ਇਹਦੀ ਜਾਨ ਇਹ ਦੋ ਤੋਤੇ ਤੇ ਉਹਨਾਂ ਫੜ ਲੈਣੇ ਉਸ ਤੋਂ ਬਾਅਦ ਅੱਗੇ ਹੋਣ ਜਿਹੜੇ ਦੋ ਤੋਤੇ ਹੋਰ ਫੜੇ ਜਾਣੇ ਨੇ ਇੱਕ ਤਾਰਕਸ਼ਫੀ ਉਹ ਵੀ ਮੇਰੇ ਖਿਆਲ ਨਾਲ ਫੜਿਆ ਗਿਆ ਆਮਰ ਕਿਆਨੀ ਜਿਹੜਾ 라ਵਲਪਿੰਡੀ ਵਾਲਾ ਐਮਐਨਏ ਉਹਨੇ ਵੀ ਹੁਣ ਫੜੇ ਜਾਣਾ ਕਿਉਂਕਿ ਦਵਾਈਆਂ ਦੇ ਵਿੱਚ 100 ਰਪਏ ਦੀ ਦਿਹਾੜੀ ਲਾਈ ਸੀ ਹੁਣ ਆਮਰ ਕਿਆਨੀ ਕੁਝ ਹੋਰ ਕਹਿੰਦਾ ਅਦਾਰਿਆਂ ਨੂੰ ਤੇ ਗੇਮ ਇਥੇ ਵੀ ਬੜੀ ਪਖਣੀ ਹੈ ਇਹਦੇ ਤੇ ਵੀ ਇਸ ਇੱਕ ਸਪੈਸ਼ਲ ਵੀਡੀਓ ਕਰਾਂਦੇ ਵੇ ਆਮਰ ਕਿਆਨੀ ਤੇ ਛਾਪਾ ਤੇ ਵੱਜਾ ਉਹ ਫੜਿਆ ਕਿਉਂ ਨਾ ਗਿਆ ਉਹਨੇ ਪਹਿਲੇ ਹੀ ਕਿਸੇ ਨੂੰ ਕਹਿ ਦਿੱਤਾ ਕਿ ਭਾਈ ਮੈਂ ਨਹੀਂ ਖਾਦੇ ਇਹ ਵੇਖ ਲੋ ਆ ਰਿਕਾਰਡ ਪੈਸੇ ਤੇ ਸਾਰੇ ਉਧਰ ਗਏ ਨੇ ਇਸ ਤੇ ਲੈ ਕੇ ਅਸੀਂ ਵੀਡੀਓ ਕਰਾਂਗੇ ਤੇ ਇਸ ਵਾਸਤੇ ਨਿਆਜ਼ੀ ਦੇ ਖਿਲਾਫ سنگੀਨ ਗਦਰਾਰੀ ਦਾ ਮਕਦਮਾ ਮਕਦਮੇ ਬਲਕੇ ਬੰਗਾਲਾ ਚ ਤੋੜ-ਫੋੜ اور ਉਸ ਤੋਂ ਬਾਅਦ ریاست ਜਿਹੜੀ ਇਹ ਉਹਨੇ ਦੇ ਖਾਤਮੇ ਦਾ ਐਲਾਨ ਵੀ ਕਰ ਦਿੱਤਾ ਹੈ ਔਰ ਫੈਸਲਾ ਵੀ ਕਰ ਦਿੱਤਾ ਹੈ ਤੁਸੀਂ ਬਾਜਵਾ ਸਾਹਿਬ ਦੀ ਤਕਰੀਰ ਜਿਹੜੀ ਹੈ ਉਹ ਸੁਣ ਲਈ ਹੋਣੀ ਬਹੁਤ ਸ਼ੁਕਰੀਆ